संविधान सोध दी जे आज चर्चा चल रही है बिल ते मैं इहदे समर्थन दे विच खड़ा होया। जदों भी कोई एहो जिहा बिल एहो जिहा कानून भारत की सरकार लेके आऊ जिहदे नाल गरीबां दा दबे कुचलियां दा आम लोकां दा भला हुंदा होवे आम आदमी पार्टी हमेशा नाल खड़ूगी। असी सिर्फ विरोध करन वास्ते विरोध नहीं करदे, जे कोई चंगा काम करूगी सरकार तां असी अपना पॉइंट जरूर रखांगे। मेरे एक दो पॉइंट ने सर, आज़ादी तां मिल गई 15 अगस्त नूं 74वीं वरेगंढ मनावांगे, पर हजे तक सानू मानसिक आज़ादी, हजे तक साडे लोकां नूं आर्थिक आज़ादी, विद्यक आज़ादी नहीं मिली। जे आज़ादी सच्ची मुची मिली होंदी तां सरकारी स्कूलां चों गरीबां दे बच्चे पढ़ के DC बन जांदे, अफसर लग जांदे। जे आज़ादी सच्ची मुची मिली होंदी तां कोर्टां कचहरियां च थाणियां च बिना करप्शन तों ते बिना किते सिफारशां तों कम होंदे। सर, OBC दी जो गल है, पंजाब दी जे मैं गल करां तां 90% पंजाब दी जिहड़ी OBC समाज है ਉਹ ਕਿਤੇ ਨਾ ਕਿਤੇ ਖੇਤੀ ਦੇ ਕਿੱਤਿਆਂ ਨਾਲ ਅਤੇ ਖੇਤੀ ਦੇ ਧੰਦਿਆਂ ਨਾਲ ਜੁੜੀ ਹੋਈ ਹੈ। ਮੈਂ ਐਗਜ਼ਾਮਪਲ ਦੇ ਦਿੰਦਾ, ਬਹੁਤ ਸਾਰੇ ਸਾਡੇ MPs ਜਾਣਦੇ ਵੀ ਹੋਣਗੇ, ਨਾਭਾ ਦੇ ਵਿੱਚ ਜਿਹੜੀ ਹੈ ਟਰੈਕਟਰ ਇੰਡਸਟਰੀ ਹੈ, ਕੰਬਾਈਨ ਇੰਡਸਟਰੀ ਹੈ, ਪ੍ਰੀਤ ਟਰੈਕਟਰ ਹੈ, ਦਸ਼ਮੇਸ਼ ਕੰਬਾਈਨ, ਬਲਕਾਰ ਕੰਬਾਈਨ, ਸੋਨਾਲੀਕਾ ਸਟੈਂਡਰਡ, ਬਹੁਤ ਸਾਰੀ ਰਾਮਗੜੀਆ ਬਰਾਦਰੀ ਜੋ ਹੈ ਉਹ ਐਸੀ ਇੰਨੀ ਕਾਬਿਲ ਹੈ ਕਿ ਉਹ ਬਹੁਤ ਸਾਰੇ ਹਜ਼ਾਰਾਂ ਲੋਕਾਂ ਨੂੰ ਕੰਮ ਦਿੰਦੇ ਹੈ। ਪਰ ਸਰ, ਜੇ ਕਿਤੇ ਜਿਸ ਤਰੀਕੇ ਨਾਲ ਉਹ, ਕਿਉਂਕਿ ਖੇਤੀ ਨਾਲ ਜੁੜੇ ਹੋਏ ਹੈ, ਇੱਥੇ ਇਕੱਲਾ ਜਿਹੜੇ ਬਾਰਡਰਾਂ 'ਤੇ ਬੈਠੇ ਆ ਕਿਸਾਨ, ਉਹ 'ਚ ਇਕੱਲੇ ਕਿਸਾਨ ਨਹੀਂ, ਉਹ 'ਚ ਸਾਰੇ ਵਰਗਾਂ ਦੇ ਲੋਕ ਹੈ। ਜੇ ਖੇਤੀ ਦੇ ਕਾਨੂੰਨ ਲਾਗੂ ਹੋ ਗਏ ਤਾਂ ਸਰ ਉਹ ਵੀ ਵਿੱਚੇ ਹੀ ਮਾਰੇ ਜਾਣਗੇ। ਇਸ ਕਰਕੇ ਮੈਂ ਕਹਿਣਾ, ਸਪਰੇ ਪੱਤਿਆਂ 'ਤੇ ਕਰ ਰਹੇ ਹੋ, ਸਿਉਂਕ ਜੜਾਂ ਦੇ ਵਿੱਚ ਹੈ। ਖੇਤੀ ਕਾਨੂੰਨ ਵਾਪਸ ਲਓ ਤਾਂ ਅਸਲੀ OBC ਨੂੰ ਖੁਸ਼ੀ ਮਿਲੂਗੀ, ਤਾਂ ਅਸਲੀ ਜਿਹੜੇ ਲੋਕਾਂ ਨੂੰ ਉਹ ਖੁਸ਼ੀ ਮਿਲੂਗੀ ਕਿ ਅਸੀਂ ਜਿਹੜੇ ਧੰਦੇ ਨਾਲ ਜੁੜੇ ਹੋਏ ਹਾਂ ਉਹ ਧੰਦਾ ਖਤਮ ਨਹੀਂ ਹੋ ਰਿਹਾ, ਨਹੀਂ ਤਾਂ ਸਭ ਕੁਝ ਹੀ ਖਤਮ ਹੋ ਜੂਗਾ। ਸਰ, ਮੈਂ ਇਹੀ ਕਹਿਣਾ ਚਾਹੁੰਦਾ, ਸਰ ਖੇਤੀ ਦੇ ਕਾਨੂੰਨ ਵਾਪਸ ਲੈ ਕੇ ਜੇ ਸੱਚੀ ਮੁੱਚੀ ਇਹ BJP ਸਰਕਾਰ OBC ਨੂੰ ਖੁਸ਼ ਕਰਨਾ ਚਾਹੁੰਦੀ ਹੈ, ਇਕੱਲੀਆਂ UP ਦੀਆਂ ਵੋਟਾਂ ਕਰਕੇ ਨਾ ਕਰੋ। ਔਰ ਮੈਂ ਦੁਆ ਕਰਦਾ ਹਰ ਸਾਲ UP ਦੀਆਂ ਵੋਟਾਂ ਆਇਆ ਕਰਨ ਤਾਂ ਕਿ ਗਰੀਬਾਂ ਦਾ ਭਲਾ ਹੋ ਸਕੇ, ਪਰ ਕਿਸਾਨਾਂ ਵਾਲੇ ਕਾਨੂੰਨ ਵਾਪਸ ਲੈ ਕੇ OBCਆਂ ਨੂੰ ਤੇ ਕਿਸਾਨਾਂ ਨੂੰ ਤੇ ਹਰ ਵਰਗ ਨੂੰ ਖੁਸ਼ ਕਰੋ। ਆਨਰੇਬਲ ਮਿਨਿਸਟਰ, ਇਟਸ ਆਲਰੇਡੀ ਟਾਈਮ।